ਮੈਂ ਨੂੰ ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ ਤੀਜਾ ਚਤੁਰਭੁਜਾਵਾਂ ਨੂੰ ਸਮਝਣਾ ਅਭਿਆਸ ਨੰਬਰ 3.1। ਇਸ ਅਭਿਆਸ ਦੇ ਅਗਲੇ 3 ਸਵਾਲ ਤੀਜਾ ਚੌਥਾ ਪੰਜਵਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਕੇ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ। ਵੀਡੀਓ ਨੂੰ ਧਿਆਨ ਨਾਲ ਸੁਣੋ, ਦੇਖੋ, ਸਮਝੋ ਅਤੇ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨੈ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ। ਸੋ ਸ਼ੁਰੂ ਕਰੀਏ। ਅੱਗੇ ਵਧਣ ਤੋਂ ਪਹਿਲਾਂ ਪਿਆਰੇ ਵਿਦਿਆਰਥੀਓ, ਤੁਹਾਨੂੰ ਇੱਕ ਗੱਲ ਦੱਸ ਦੇਵਾਂ ਕਿ ਇਸੀ ਚੈਨਲ ਦੇ ਉੱਤੇ ਤੁਹਾਡੀ 8ਵੀਂ ਕਲਾਸ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ, ਜਿਵੇਂ 8th ਇੰਗਲਿਸ਼ ਗ੍ਰਾਮਰ ਹੈ, 8th ਇੰਗਲਿਸ਼ ਹੈ, ਜੇ ਤੁਹਾਡੀ MCB ਜਿਹੜੀ ਮੇਨ ਨਵੀਂ ਕਿਤਾਬ ਹੈਗੀ ਹੈ ਉਹ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ, 8th ਸਾਇੰਸ ਇੰਗਲਿਸ਼ ਮੀਡੀਅਮ ਹੈ ਅਤੇ 8th ਮੈਥ ਵੀ ਇੰਗਲਿਸ਼ ਮੀਡੀਅਮ 'ਚ ਹੈ। ਸੋ ਤੁਸੀਂ ਉਹ ਵੀ ਆਪਣੀ ਲੋੜ ਦੇ ਮੁਤਾਬਕ ਦੇਖ ਸਕਦੇ ਹੋ। ਸੋ ਤੀਜਾ ਸਵਾਲ ਹੈ ਬੱਚੋ, ਉੱਤਲ ਚਤੁਰਭੁਜਾਂ ਦੇ ਕੋਣਾਂ ਦੇ ਮਾਪਾਂ ਦਾ ਜੋੜ ਫਲ ਕੀ ਹੈ? ਜੇ ਚਤੁਰਭੁਜ ਉੱਤਲ ਨਾ ਹੋਵੇ ਤੇ ਕੀ ਇਹ ਗੁਣ ਲਾਗੂ ਹੋਵੇਗਾ? ਫਿਰ ਉਹਨਾਂ ਨੇ ਬ੍ਰੈਕਟ ਵਿੱਚ ਕਿਹਾ ਹੈ, ਇੱਕ ਚਤੁਰਭੁਜ ਬਣਾਓ ਜੋ ਉੱਤਲ ਨਾ ਹੋਵੇ ਅਤੇ ਕੋਸ਼ਿਸ਼ ਕਰੋ। ਸੋ ਬੱਚਿਓ, ਉੱਤਲ ਜਿਹੜਾ ਹੁੰਦਾ ਹੈ, ਇਹਨੂੰ ਇੰਗਲਿਸ਼ ਵਿੱਚ ਕਹਿੰਦੇ ਆ ਕਨਵੈਕਸ। ਉੱਤਲ ਚਤੁਰਭੁਜ ਕਿਹੜਾ ਹੁੰਦਾ ਹੈ? ਉਹ ਹੁੰਦਾ ਹੈ ਜਿਹਦੇ ਇਹਦੇ ਦੋ ਚਤੁਰਭੁਜ ਦੇ ਦੋ ਵਿਕਰਨ ਹੋਣਗੇ। ਜਿਹੜੇ ਅਸੀਂ ਵਿਕਰਨ ਖਿੱਚਾਂਗੇ ਉਹ ਸਾਰੇ ਦੇ ਸਾਰੇ, ਕਿਸੇ ਵੀ ਬਹੁਭੁਜ ਦੇ ਵਿਕਰਨ ਜੇ ਖਿੱਚੇ ਜਾਣ ਉਹ ਸਾਰੇ ਦੇ ਸਾਰੇ ਪੂਰਨ ਤੌਰ 'ਤੇ ਜੇ ਬਹੁਭੁਜ ਦੇ ਅੰਦਰ ਅੰਦਰ ਹੋਣ, ਵਿਕਰਨ ਦਾ ਕੋਈ ਵੀ ਹਿੱਸਾ ਬਾਹਰ ਨਾ ਜਾਵੇ, ਫਿਰ ਅਸੀਂ ਉਹਨੂੰ ਕਹਿੰਦੇ ਹਾਂ ਉੱਤਲ ਬਹੁਭੁਜ। ਹੁਣ ਦੇਖੋ ਇਹ ਜਿਹੜਾ ਹੈਗਾ ਤਸਵੀਰ ਵਿੱਚ ਬਣਾਇਆ, ਇਹ ਉੱਤਲ ਇੱਕ ਕਿਸਮ ਦਾ ਉੱਤਲ ਚਤੁਰਭੁਜ ਹੈ। ਇਹ ਵਿਕਰਨ ਮੈਂ ਖਿੱਚਿਆ, ਇਹ ਦੇਖੋ ਪੂਰੇ ਦਾ ਪੂਰਾ ਇਹਦੇ ਸੀਮਾ ਦੇ ਵਿੱਚ ਹੈਗਾ। ਜੇ ਮੈਂ ਏ ਤੋਂ ਸੀ ਤੱਕ ਦੂਜਾ ਵਿਕਰਨ ਖਿੱਚਾਂ ਉਹ ਵੀ ਪੂਰਾ ਦਾ ਪੂਰਾ ਅੰਦਰ ਹੈ, ਵਿਕਰਨ ਦਾ ਕੋਈ ਵੀ ਹਿੱਸਾ ਬਾਹਰ ਨਹੀਂ ਹੈਗਾ। ਸੋ ਇਹ ਜਿਹੜਾ ਚਤੁਰਭੁਜ ਹੈ ਬੱਚਿਓ, ਇਹ ਉੱਤਲ ਹੈਗਾ। ਅਗਲੀ ਸਲਾਈਡ ਵਿੱਚ ਅਸੀਂ ਉਹ ਵਾਲਾ ਚਤੁਰਭੁਜ ਵੀ ਖਿੱਚਾਂਗੇ ਜਿਹੜਾ ਉੱਤਲ ਨਹੀਂ ਹੈ, ਕਿਉਂਕਿ ਉਹਨਾਂ ਨੇ ਕਿਹਾ ਨਾ ਇੱਥੇ ਇੱਕ ਚਤੁਰਭੁਜ ਬਣਾਓ ਜੋ ਉੱਤਲ ਨਾ ਹੋਵੇ ਅਤੇ ਕੋਸ਼ਿਸ਼ ਕਰੋ। ਹੁਣ ਦੇਖਦੇ ਹਾਂ ਬੱਚੋ, ਇਹ ਸਵਾਲ ਇਹਦਾ ਜਿਹੜਾ ਜਿਹੜਾ ਜੋੜਫਲ ਕੀ ਹੈ ਅਤੇ ਉਹਦਾ ਜਵਾਬ ਹੈਗਾ ਹੱਲ। ਮੰਨ ਲਓ ABCD ਇੱਕ ਉੱਤਲ ਚਤੁਰਭੁਜ ਹੈ, ਕੋਈ ਵੀ ਦਾ ਬੱਚੋ ਚਤੁਰਭੁਜ ਬਣਾ ਲਵੋ, ਤੁਸੀਂ ਵਰਗ ਵੀ ਬਣਾ ਸਕਦੇ ਹੋ, ਸਮਾਂਤਰ ਚਤੁਰਭੁਜ ਵੀ ਬਣਾ ਸਕਦੇ ਹੋ, ਪਰ ਉਹਨਾਂ ਨੇ ਚਤੁਰਭੁਜ ਕਿਹਾ, ਸੋ ਇਸ ਕਰਕੇ ਮੈਂ ਟੇਢਾ ਮੇਢਾ ਇੱਦਾਂ ਦਾ ਹੀ ਲਿਆ, ਜਿਹੜਾ ਕਿ ਨਾ ਸਮਾਂਤਰ ਹੈਗਾ ਅਤੇ ਨਾ ਸਮਲੰਬ ਹੈਗਾ, ਨਾ ਵਰਗ ਹੈਗਾ, ਨਾ ਆਇਤ ਹੈਗਾ। ਠੀਕ ਹੈ, ਸੋ ਇੱਕ ਚਤੁਰਭੁਜ ਲੈ ਲਓ, ਉੱਤਲ ਹੈਗਾ। ਇੱਥੇ ਬੱਚੋ ਔਂਕੜ ਆਉਣਾ ਸੀਗਾ, ਔਂਕੜ ਰਹਿ ਗਿਆ ਇੱਥੇ। ਠੀਕ ਹੈ, ਸੋ ਉੱਤਲ ਚਤੁਰਭੁਜ ਹੈ। ਕਿਸੇ ਵੀ ਐਨ ਭੁਜਾਵਾਂ ਵਾਲੇ ਬਹੁਭੁਜ ਦੇ ਕੋਣਾਂ ਦਾ ਜੋੜ, ਐਨ ਭੁਜਾਵਾਂ ਇਹਦੀ ਚਾਰ ਭੁਜਾਵਾਂ ਨੇ ਨਾ, ਐਨ ਭੁਜਾਵਾਂ ਵਾਲੇ ਜੋੜ ਦਾ ਜੋ ਕੋਣਾਂ ਦਾ ਜੋੜ ਹੁੰਦਾ ਉਹ ਐਨ ਘਟਾ 2 ਗੁਣਾ 180 ਡਿਗਰੀ ਹੁੰਦਾ ਹੈ, ਯਾਦ ਰੱਖਣਾ ਤੁਸੀਂ। ਕਿਉਂਕਿ ਐਨ ਭੁਜਾਵਾਂ ਵਾਲੇ ਬਹੁਭੁਜ ਨੂੰ ਐਨ ਘਟਾ 2 ਤ੍ਰਿਭੁਜਾਂ ਵਿੱਚ ਵੰਡਿਆ ਜਾ ਸਕਦਾ ਹੈ, ਤੇ ਸਾਨੂੰ ਪਤਾ ਹੈ ਕਿ ਇੱਕ ਤ੍ਰਿਭੁਜ ਦੇ ਕੋਣ ਦਾ ਜੋੜ 180 ਡਿਗਰੀ ਹੁੰਦਾ ਹੈ, ਇਸ ਕਰਕੇ ਇਹਨੂੰ 180 ਦੇ ਨਾਲ ਗੁਣਾ ਕੀਤਾ ਗਿਆ। ਹੁਣ ਬੱਚੋ ਦੇਖੋ, ਇਹ ਚਾਰ ਭੁਜਾਵਾਂ ਨੇ, 1 2 3 4, 4 'ਚ 2 ਗਿਆ, 4 ਇੱਥੇ ਮੈਂ ਪਾ ਦਵਾਂ, 4 'ਚ 2 ਗਿਆ 2। ਸੋ ਦੋ ਤ੍ਰਿਭੁਜ ਬਣ ਗਏ ਨਾ, ਦੇਖੋ ਇੱਕ ਬਣ ਗਿਆ ABD ਤੇ ਦੂਜਾ ਬਣ ਗਿਆ CBD। ਸੋ ਦੋ ਤ੍ਰਿਭੁਜ ਬਣ ਗਏ। ਸੋ ਦਿੱਤੇ ਹੋਏ ਚਿੱਤਰ ਵਿੱਚ ਚਤੁਰਭੁਜ ਦੇ ਕੋਣ ਦਾ ਜੋੜ ਹੋ ਗਿਆ 4 ਘਟਾ 2 ਗੁਣਾ 180, 4 'ਚ 2 ਗਿਆ 2, 2 ਗੁਣਾ 180 360 ਡਿਗਰੀ। ਠੀਕ ਹੈ ਬੱਚੋ, ਇਸਦਾ ਕਰਨਾ ਹੈ। ਹੁਣ ਅਸੀਂ ਇਹ ਅਵਤਲ, ਇਹ ਹੈਗਾ ਅਵਤਲ ਚਤੁਰਭੁਜ ਜਿਹੜਾ ਉੱਤਲ ਨਹੀਂ ਹੈ। ਚਿੱਤਰ ਵਿੱਚ ਇੱਕ ਚਤੁਰਭੁਜ ਹੈ ਜੋ ਕਿ ਉੱਤਲ ਨਹੀਂ ਹੈ, ਅਤੇ ਅਸੀਂ ਕਿਉਂਕਿ ਬੱਚਿਓ ਦੇਖੋ ਇੱਕ ਵਿਕਰਨ ਤੇ ਆ ਗਿਆ, ਇਹ ਅੰਦਰ ਹੈਗਾ, ਪਰ ਜੇ ਮੈਂ ਇਹ ਵਾਲਾ ਵਿਕਰਨ ਖਿੱਚਾਂਗਾ, ਇਹ ਵਾਲਾ ਵਿਕਰਨ, ਇਹ ਪੂਰੇ ਦਾ ਪੂਰਾ ਚਤੁਰਭੁਜ ਤੋਂ ਬਾਹਰ ਆ ਜਾਏਗਾ। ਠੀਕ ਹੈ ਨਾ, ਸੋ ਇੱਕ ਵਿਕਰਨ ਜਿਹੜਾ ਹੈ ਇਹ ਚਤੁਰਭੁਜ ਤੋਂ ਬਾਹਰ ਆ ਗਿਆ, ਇਸ ਕਰਕੇ ਇਹ ਉੱਤਲ ਚਤੁਰਭੁਜ ਨਹੀਂ ਹੈ, ਜਾਂ ਅਸੀਂ ਕਹਾਂਗੇ ਇਹ ਅਵਤਲ ਚਤੁਰਭੁਜ ਹੈ। ਠੀਕ ਹੈ, ਇਸ ਨੂੰ ਵੀ ਇੱਕ ਵਿਕਰਨ ਰਾਹੀਂ ਦੋ ਤ੍ਰਿਭੁਜਾਂ ਵਿੱਚ ਵੰਡਿਆ ਜਾ ਸਕਦਾ ਹੈ। ਸੋ ਇਹ ਬੱਚੋ ਇੱਕ ਤ੍ਰਿਭੁਜ ਇਹ ਵਾਲਾ ਬਣ ਗਿਆ, ਇਹ ਵਾਲਾ, ਤੇ ਇੱਕ ਤ੍ਰਿਭੁਜ ਇਹ ਵਾਲਾ ਬਣ ਗਿਆ। ਠੀਕ ਹੈ, ਸੋ ਉੱਤਲ ਚਤੁਰਭੁਜ ਤੇ ਵੀ ਕੋਣਾਂ ਦੇ ਮਾਪਾਂ ਦੇ ਜੋੜ ਫਲ ਦਾ ਗੁਣ ਲਾਗੂ ਹੁੰਦਾ ਹੈ। ਸੋ ਦਿੱਤੇ ਹੋਏ ਚਿੱਤਰ ਵਿੱਚ ਉੱਤਲ ਚਤੁਰਭੁਜ ਦੇ ਕੋਣਾਂ ਦਾ ਜੋੜ ਬਰਾਬਰ 4 ਘਟਾ 2 ਗੁਣਾ 180 ਡਿਗਰੀ ਬਰਾਬਰ 2 ਗੁਣਾ 180 ਡਿਗਰੀ ਬਰਾਬਰ 360 ਡਿਗਰੀ। ਸੋ ਬੱਚਿਓ, ਬਹੁਭੁਜ ਭਾਵੇਂ ਉੱਤਲ ਹੋਵੇ ਭਾਵੇਂ ਅਵਤਲ ਹੋਵੇ, ਇਹ ਜਿਹੜਾ ਅਸੂਲ ਹੈ N ਘਟਾ 2 ਗੁਣਾ 180 ਡਿਗਰੀ, ਇਹ ਲਾਗੂ ਹੁੰਦਾ ਹੈ। ਠੀਕ ਹੈ, ਇਹ ਯਾਦ ਰੱਖਣਾ। ਹੁਣ ਆ ਗਿਆ ਬੱਚੋ ਚੌਥਾ ਸਵਾਲ, ਕਹਿੰਦੇ ਸਾਰਣੀ ਦੀ ਜਾਂਚ ਕਰੋ। ਇਹ ਸਾਰਣੀ ਹੈ, ਇਹਦੀ ਜਾਂਚ ਕਰਨੀ ਹੈ। ਕਹਿੰਦੇ ਹਰੇਕ ਚਿੱਤਰ ਨੂੰ ਤ੍ਰਿਭੁਜਾਂ ਵਿੱਚ ਵੰਡੋ ਅਤੇ ਕੋਣਾਂ ਦਾ ਜੋੜ ਫਲ ਪਤਾ ਕਰੋ। ਇਹਨਾਂ ਨੇ ਦਿੱਤਾ ਹੀ ਹੋਇਆ ਪਹਿਲੇ, ਇਹ ਦੇਖੋ ਇੱਕ ਤ੍ਰਿਭੁਜ ਹੈ, ਤ੍ਰਿਭੁਜ ਦਾ ਕੋਈ ਵਿਕਰਨ ਨਹੀਂ ਹੁੰਦਾ, ਅਸੀਂ ਕੋਈ ਵਿਕਰਨ ਇਹ 'ਚ ਖਿੱਚ ਨਹੀਂ ਸਕਦੇ। ਸੋ 3 ਹੈਗਾ,
ਤੇ ਇਹਦਾ ਸਾਨੂੰ ਪਤਾ ਹੈ ਜੋੜ ਕੋਣਾਂ ਦਾ 180 ਡਿਗਰੀ ਹੁੰਦਾ ਹੈ। ਇਹ ਚਤੁਰਭੁਜ ਆ ਗਿਆ, ਇਹ ਇੱਕ ਵਿਕਰਨ ਖਿੱਚਿਆ ਤੇ ਇਹ ਦੋ ਤ੍ਰਿਭੁਜ ਬਣ ਗਏ। ਸੋ ਇਹ 2 ਗੁਣਾ 180 ਡਿਗਰੀ, ਤੇ 2 ਨੂੰ ਮੈਂ 4 ਘਟਾ 2 ਲਿਖ ਸਕਦਾ, ਠੀਕ ਹੈ, 180 ਡਿਗਰੀ ਨਾਲ ਗੁਣਾ ਕਰਤਾ। ਹੁਣ ਬੱਚੇ ਆ ਗਿਆ ਪੰਜ ਭੁਜ, ਪੰਜ ਭੁਜਾਵਾਂ ਵਾਲਾ। ਸੋ 1 2 3, ਇਹ 3 ਤ੍ਰਿਭੁਜ ਬਣ ਗਏ। ਸੋ 3 ਗੁਣਾ 180 ਡਿਗਰੀ, ਤੇ 3 ਨੂੰ ਮੈਂ 5 ਘਟਾ 2 ਵੀ ਲਿਖ ਸਕਦਾ, ਅਰਥਾਤ 5 ਭੁਜਾਵਾਂ ਵਿੱਚੋਂ 2 ਘਟਾਇਆ। ਇੱਥੇ ਸੀ 4 ਭੁਜਾਵਾਂ ਵਿੱਚੋਂ 2 ਘਟਾਇਆ, ਹੈਗਾ 6 ਭੁਜ, 1 2 3 4 5 6। ਇੱਕ ਇਹ 3 ਵਿਕਰਨ ਖਿੱਚੇ ਤੇ 1 ਤ੍ਰਿਭੁਜ ਇਹ ਬਣ ਗਿਆ, 2 ਇਹ ਬਣ ਗਏ, 3 ਇਹ ਤੇ 4, 4 ਤ੍ਰਿਭੁਜ ਬਣ ਗਏ। ਸੋ 4 ਗੁਣਾ 180 ਡਿਗਰੀ ਦਾ ਕੋਣਾਂ ਦਾ ਜੋੜ ਇਹਦਾ ਹੋਏਗਾ। ਉਹ 4 ਨੂੰ ਮੈਂ 6 ਘਟਾ 2 ਵੀ ਲਿਖ ਸਕਦਾ ਹਾਂ। ਸੋ ਕਹਿੰਦੇ ਹੁਣ ਇਹ ਤੇ ਕਹਿੰਦੇ ਇਹ ਸਾਰਣੀ ਨੂੰ ਦੇਖੋ, ਇਹਦੀ ਜਾਂਚ ਕਰੋ। ਹੁਣ ਅੱਗੇ ਅਸੀਂ ਜਾਂਚ ਅਸੀਂ ਦੱਸਾਂਗੇ। ਇੱਕ ਬਹੁਪੁਜ ਦੇ ਕੋਣਾਂ ਦੇ ਜੋੜਫਲ ਬਾਰੇ ਤੁਸੀਂ ਕੀ ਕਹਿ ਸਕਦੇ ਹੋ? ਕਹਿੰਦੇ ਇਹ ਤੋਂ ਤੁਸੀਂ ਕੀ ਸਿੱਟਾ ਕੱਢਦੇ ਹੋ? ਜਿਸ ਦੀਆਂ ਭੁਜਾਵਾਂ ਦੀਆਂ ਸੰਖਿਆ ਹੇਠਾਂ ਲਿਖੀਆਂ ਹੋਈਆਂ, ਜੇ 7 ਹੋਣ ਫੇਰ ਕੋਣਾਂ ਦਾ ਜੋੜ ਕੀ ਹੋਏਗਾ, 8 ਹੋਣ ਫੇਰ ਕੀ ਹੋਏਗਾ, 10 ਹੋਣ ਫੇਰ ਕੀ ਹੋਏਗਾ, ਐਨ ਹੋਣ ਤੇ ਫੇਰ ਕੀ ਹੋਏਗਾ? ਆਓ ਦੇਖੀਏ ਹੁਣ ਐਨ ਦਾ ਜਵਾਬ। ਤੇ ਬੱਚਿਓ ਜਿਹੜਾ ਡੀ ਹੈ ਨਾ, ਉਹਦਾ ਜਵਾਬ ਮੈਂ ਪਹਿਲੇ ਉੱਪਰ ਹੀ ਦੇ ਦਿੱਤਾ। ਇੱਥੇ ਕਹਿੰਦੇ ਸਾਰਣੀ ਦੀ ਜਾਂਚ ਕੀਤਿਆਂ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਵੀ ਐਨ ਭੁਜਾਵਾਂ ਵਾਲੇ ਬਹੁਭੁਜ ਦੇ ਕੋਣਾਂ ਦਾ ਜੋੜ ਐਨ ਘਟਾ 2 ਗੁਣਾ 180 ਡਿਗਰੀ ਹੁੰਦਾ ਹੈ, ਕਿਉਂਕਿ ਐਨ ਭੁਜਾਵਾਂ ਵਾਲੇ ਬਹੁਭੁਜ ਨੂੰ ਐਨ ਘਟਾ 2 ਤ੍ਰਿਭੁਜਾਂ ਵਿੱਚ ਵੰਡਿਆ ਜਾ ਸਕਦਾ ਹੈ ਅਤੇ 1 ਤ੍ਰਿਭੁਜ ਦੇ ਕੋਣਾਂ ਦਾ ਜੋੜਫਲ 180 ਡਿਗਰੀ ਹੁੰਦਾ ਹੈ। ਸੋ 180 ਡਿਗਰੀ ਕਿਉਂ ਆਇਆ? ਕਿਉਂਕਿ ਤ੍ਰਿਭੁਜ ਦੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ, ਤੇ ਐਨ ਘਟਾ 2 ਅਰਥਾਤ 2 ਘਟਾ 2, ਜਿੰਨੀ ਭੁਜਾਵਾਂ ਵਾਲਾ ਬਹੁਭੁਜ ਹੈ ਉਹ 'ਚ 2 ਘਟਾ 2, ਤੇ ਉਨੇ ਤ੍ਰਿਭੁਜ ਵਿੱਚ ਉਹਨਾਂ ਨੂੰ ਵੰਡਿਆ ਜਾ ਸਕਦਾ ਹੈ। ਸੋ 1 ਤ੍ਰਿਭੁਜ ਦਾ ਕੋਣ 180 ਡਿਗਰੀ ਹੁੰਦਾ ਹੈ, ਤਾਂ ਜਿਲੇ ਉਹਨਾਂ ਗੁਣਾ ਕਰਾਂਗੇ ਤੇ ਉਹ ਸਾਰੇ ਕੋਣਾਂ ਸਾਰੇ ਬਹੁਭੁਜ ਦੇ ਅੰਦਰਲੇ ਕੋਣਾਂ ਦਾ ਜੋੜਫਲ ਆ ਜਾਏਗਾ। ਹੁਣ ਬੱਚਿਓ ਇਹ ਸੂਤਰ ਵਰਤ ਕੇ ਅਸੀਂ ਇਹ ਕਰਦੇ ਹਾਂ। ਕਹਿੰਦੇ 7 ਭੁਜਾਵਾਂ ਵਾਲੇ ਬਹੁਭੁਜ ਦੇ ਕੋਣਾਂ ਦਾ ਖੇਤਰਫਲ ਕੀ ਹੋ ਜਾਏਗਾ? 7 ਘਟਾ 2 ਗੁਣਾ 180 ਡਿਗਰੀ। ਸੋ 7 'ਚ 2 ਗਿਆ 5, ਤੇ 18 5 90, 900 ਡਿਗਰੀ ਜੋੜਫਲ ਹੋਏਗਾ। 8 ਭੁਜਾਵਾਂ ਵਾਲੇ ਬਹੁਭੁਜ ਦੇ ਕੋਣਾਂ ਦਾ ਜੋੜਫਲ ਕੀ ਹੋਏਗਾ? 8 ਘਟਾ 2। ਸੋ 8 'ਚ 2 ਗਿਆ 6, ਸੋ 18 6 ਹੁੰਦਾ 108, ਸੋ 1080 ਡਿਗਰੀ ਹੋਏਗਾ। ਸੇ 10 ਭੁਜਾਵਾਂ ਵਾਲੇ ਬਹੁਭੁਜ ਦੇ ਕੋਣਾਂ ਦਾ ਜੋੜਫਲ ਕੀ ਹੋਏਗਾ? 10 ਘਟਾ 2 ਗੁਣਾ 180। ਸੋ 10 'ਚ 2 ਗਿਆ 8, 18 8 144 ਹੁੰਦਾ, ਸੋ 1440 ਡਿਗਰੀ ਕੋਣਾਂ ਦਾ ਜੋੜਫਲ ਹੋਏਗਾ। ਇਹ ਬੱਚਿਓ ਬੜਾ ਹੀ ਮਹੱਤਵਪੂਰਨ ਸੂਤਰ ਹੈਗਾ ਕਿ ਕੋਈ ਵੀ ਐਨ ਭੁਜਾਵਾਂ ਵਾਲਾ ਬਹੁਭੁਜ ਹੋਵੇ, ਜੇ ਪੁੱਛਿਆ ਜਾਵੇ ਤੁਹਾਡੇ ਕੋਲੋਂ ਵੀ ਇਸ ਦੇ ਜਿਹੜੇ ਅੰਦਰਲੇ ਕੋਣ ਨੇ ਉਹਨਾਂ ਦਾ ਜੋੜਫਲ ਕੀ ਹੋਏਗਾ, ਸੋ ਜਿੰਨੀਆਂ ਭੁਜਾਵਾਂ ਨੇ ਉਹ 'ਚੋਂ 2 ਘਟਾ 2, ਅਤੇ ਜੋ ਤੁਹਾਨੂੰ ਘਟਾ ਕੇ ਮਿਲੇ 2 ਘਟਾ ਕੇ ਉਹਨੂੰ ਫਿਰ 180 ਡਿਗਰੀ ਨਾਲ ਗੁਣਾ ਕਰ ਦਿਓ, ਉਹ ਆ ਜਾਏਗਾ ਕੋਣਾਂ ਦਾ ਜੋੜਫਲ। ਠੀਕ ਹੈ ਜੀ। ਹੁਣ ਆਖਰੀ ਸਵਾਲ, ਕਹਿੰਦੇ ਸਮ ਬਹੁਭੁਜ ਕੀ ਹੈ? ਬਹੁਭੁਜ ਦੀ ਗੱਲ ਤਾਂ ਅਸੀਂ ਕੀਤੀ ਹੈ, ਹੁਣ ਕਹਿੰਦੇ ਸਮ ਬਹੁਭੁਜ ਕੀ ਹੈ? ਇੱਕ ਸਮ ਬਹੁਭੁਜ ਦਾ ਨਾਮ ਦੱਸੋ ਜਿਸ ਵਿੱਚ 3 ਭੁਜਾਵਾਂ, 4 ਭੁਜਾਵਾਂ ਅਤੇ 6 ਭੁਜਾਵਾਂ ਹੋਣ। ਸੋ ਪਹਿਲੇ ਤਾਂ ਸਮ ਭੁਜ ਦਾ ਅਸੀਂ ਦੱਸ ਦਿੰਦੇ ਕੀ ਹੈ। ਸਮ ਬਹੁਭੁਜ ਉਹ ਬਹੁਭੁਜ ਹੁੰਦਾ ਹੈ ਜਿਸ ਦੇ ਸਾਰੇ ਕੋਣ ਅਤੇ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਹਨ। ਸਾਰੇ ਕੋਣ ਹੀ ਬਰਾਬਰ ਹੋਣਗੇ ਅਤੇ ਸਾਰੀਆਂ ਭੁਜਾਵਾਂ ਹੀ ਬਰਾਬਰ ਹੋਣਗੀਆਂ, ਭਾਵ ਸਮ ਬਹੁਭੁਜ ਦੋਵੇਂ ਸਮਕੋਣੀ ਅਤੇ ਸਮਭੁਜੀ ਹੁੰਦਾ ਹੈ। ਅਸੀਂ ਇਹ ਵੀ ਲਿਖ ਸਕਦੇ ਹਾਂ, ਅਰਥਾਤ ਜਿਹੜਾ ਬਹੁਭੁਜ ਸਮਕੋਣੀ ਵੀ ਹੋਵੇ ਅਤੇ ਸਮਭੁਜੀ ਵੀ ਹੋਵੇ ਉਹਨੂੰ ਅਸੀਂ ਸਮ ਬਹੁਭੁਜ ਕਹਿੰਦੇ ਹਾਂ, ਕਿਉਂਕਿ ਉਹਦੇ ਹਰੇਕ ਕੋਣ ਬਰਾਬਰ ਨੇ। ਜਿੱਦਾਂ ਆਪਣਾ ਸਮਭੁਜੀ ਤ੍ਰਿਭੁਜ ਹੈ, ਜਿਹੜੇ ਤਿੰਨੋਂ ਕੋਣ 60-60 ਡਿਗਰੀ ਦੇ ਹਨ, ਤੇ ਉਹਨੂੰ ਵੀ ਅਸੀਂ ਸਮ ਬਹੁਭੁਜੀ ਕਹਾਂਗੇ। ਜਿਸ ਤਰ੍ਹਾਂ ਵਰਗ ਹੈਗਾ, ਵਰਗ ਦੇ ਚਾਰੋਂ ਕੋਣ ਜਿਹੜੇ ਬੱਚੇ ਕੀ ਹੁੰਦੇ ਨੇ 90 ਡਿਗਰੀ ਹੁੰਦੇ ਨੇ, ਚਾਰੋਂ ਭੁਜਾਵਾਂ ਵੀ ਬਰਾਬਰ ਹੁੰਦੀਆਂ ਨੇ। ਇਸ ਕਰਕੇ ਜਿਹੜਾ ਵਰਗ ਹੈ ਉਹ ਵੀ ਇੱਕ ਸਮ ਬਹੁਭੁਜ ਹੈ, ਪਰ ਆਇਤ ਬੱਚਿਓ ਆਇਤ ਸਮ ਬਹੁਭੁਜ ਨਹੀਂ ਹੈ। ਭਾਵੇਂ ਚਾਰੋਂ ਕੋਣ 90-90 ਡਿਗਰੀ ਦੇ ਨੇ, ਪਰ ਆਇਤ ਦੀਆਂ ਚਾਰੋਂ ਭੁਜਾਵਾਂ ਬਰਾਬਰ ਨਹੀਂ ਹੁੰਦੀਆਂ। ਇਸ ਕਰਕੇ ਵਰਗ ਤੇ ਸਮ ਬਹੁਭੁਜ ਹੈ, ਪਰ ਆਇਤ ਸਮ ਬਹੁਭੁਜ ਨਹੀਂ ਹੈ। ਠੀਕ ਹੈ ਬੱਚੇ, ਸੋ ਇਹਨਾਂ ਗੱਲਾਂ ਦਾ ਤੁਸੀਂ ਖਿਆਲ ਰੱਖਣਾ। ਹੁਣ 3 ਭੁਜਾਵਾਂ ਵਾਲੇ ਸਮ ਬਹੁਭੁਜ ਨੂੰ ਸਮਭੁਜੀ ਤ੍ਰਿਭੁਜ ਕਿਹਾ ਜਾਂਦਾ ਹੈ, ਤੇ 4 ਭੁਜਾਵਾਂ ਵਾਲੇ ਸਮ ਬਹੁਭੁਜ ਨੂੰ ਵਰਗ ਕਿਹਾ ਜਾਂਦਾ ਹੈ, ਜਿਹੜੀ ਗੱਲ ਮੈਂ ਹੁਣੇ ਦੱਸੀ, ਤੇ 6 ਭੁਜਾਵਾਂ ਵਾਲੇ ਸਮ ਬਹੁਭੁਜ ਨੂੰ ਸਮ 6 ਭੁਜ ਕਿਹਾ ਜਾਂਦਾ ਹੈ। ਜੇ 5 ਹੋਵੇ ਤੇ ਕਹੋ ਸਮ 5 ਭੁਜ, ਜੇ 7 ਹੋਵੇ ਸਮ 7 ਭੁਜ, ਜੇ 8 ਹੋਵੇ ਤੇ ਸਮ 8 ਭੁਜ। ਠੀਕ ਹੈ, ਇਸ ਤਰ੍ਹਾਂ ਕਰਨਾ, ਮੋਰੇ ਸਮ ਲਗਾ ਲੈਣਾ। ਸਮ ਜਿੱਥੇ ਲੱਗ ਗਿਆ, ਇਹਦਾ ਕਿ ਉਹਦੇ ਸਾਰੇ ਕੋਣ ਵੀ ਬਰਾਬਰ ਹੋਣਗੇ ਅਤੇ ਉਹਦੇ ਸਾਰੀਆਂ ਭੁਜਾਵਾਂ ਵੀ ਬਰਾਬਰ ਹੋਣਗੀਆਂ।
सो ऐसी प्यारे विद्यार्थियों तुहाडे अभ्यास नंबर 3.1 दे सवाल नंबर तीजा चौथा ते पंजवां तुसी इसी तरह नेम नाल उत्साह नाल अपनी पढ़ाई करी चलो ते अगले वीडियो तक लई गुड बाय। तुहाडा सारिआं दा बहुत बहुत धन्नवाद। रब राखा।